ਜਿੰਨੇ ਵੀ ਉਹਦੇ ਉਹਨੂੰ ਕਰਦੇ ਆ ਨਾ ਹੇਟ, ਠੋਕਣਾ ਤੇ ਮੈਂ ਉਹਨਾਂ ਨੂੰ ਆ। ਕੋਈ ਚੱਕਰ ਨਹੀਂ ਆ, ਇੱਕ ਇੱਕ ਨੂੰ ਦੇਖਣਾਗੇ ਬਾਈ, ਲੋਕਡਾਊਨ ਆ, ਘਰਾਂ 'ਚ ਬੰਦ ਆ, ਕੋਈ ਚੱਕਰ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਾਹੌਰੀ ਰਿਕਾਰਡਸ ਯੂਟਿਊਬ ਚੈਨਲ। ਦੋਸਤੋ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਏ ਨਾ ਇਸ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਪਖਿਆ ਰਹਿੰਦਾ। ਅਤੇ ਦੋਸਤੋ, ਇਸ ਵੇਲੇ ਸੋਸ਼ਲ ਮੀਡੀਆ 'ਤੇ ਪੰਜਾਬੀ ਸਿੰਗਰ ਡੈਨੀ ਢਿੱਲੋਂ ਦੇ ਨਵੇਂ ਗਾਣੇ ਅਪਰੋਚ ਨੂੰ ਲੈ ਕੇ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਗਰਮ ਹੋਇਆ ਹੋਇਆ। ਡੈਨੀ ਢਿੱਲੋਂ ਨੇ ਆਪਣੇ ਅਪਰੋਚ ਗਾਣੇ ਰਾਹੀਂ ਸਿੱਧੂ ਮੂਸੇਵਾਲੇ ਨੂੰ ਹੇਟ ਕਰਨ ਵਾਲੇ ਉਸਦੇ ਵਿਰੋਧੀਆਂ ਦੀ ਸ਼ਰੇਆਮ ਮੰਜੀ ਠੋਕੀ ਹੈ। ਦਰਅਸਲ ਦੋਸਤੋ, ਗੱਲ ਕੁਝ ਇੱਦਾਂ ਹੈ, 1 ਅਪ੍ਰੈਲ 2020 ਨੂੰ ਸੌਂਗ ਰਿਲੀਜ਼ ਹੋਇਆ ਸੀ ਜਿਸ ਦਾ ਨਾਮ ਸੀ ਅਪਰੋਚ, ਅਤੇ ਉਸਦੇ ਬੋਲ ਸੀ ਜਿਨ੍ਹਾਂ ਦੀ ਅਪਰੋਚਾਂ 'ਤੇ ਤੁੱਟਦੀ ਫਿਰਦੀ ਨਾਕਿਆਂ ਤਾਂ ਲੈ ਲਾ ਸਾਡਾ ਨਾਮ ਲੰਘ ਦੇ ਦੋਸਤੋ, ਜਿਸ ਨੂੰ ਗਾਇਆ ਅਤੇ ਲਿਖਿਆ ਖੁਦ ਸਿੱਧੂ ਮੂਸੇਵਾਲੇ ਨੇ ਸੀ। ਅਤੇ ਹੁਣ ਦੋਸਤੋ, ਪੰਜਾਬੀ ਸਿੰਗਰ ਡੈਨੀ ਢਿੱਲੋਂ ਦਾ ਵੀ ਇੱਕ ਸੌਂਗ ਨਵਾਂ ਆਇਆ ਹੈ ਜਿਸ ਦਾ ਨਾਮ ਹੈ ਅਪਰੋਚ, ਜਿਹੜਾ ਕਿ 12 ਮਈ 2020 ਨੂੰ ਸਪੀਡ ਰੈਕਡ 'ਤੇ ਰਿਲੀਜ਼ ਕੀਤਾ ਗਿਆ ਹੈ। ਤਾਂ ਦੋਸਤੋ, ਡੈਨੀ ਢਿੱਲੋਂ ਇੱਕ ਅਜਿਹਾ ਸਿੰਗਰ ਹੈ ਜਿਸ ਨੇ ਕਿ ਪਟਾਕੇ ਅਤੇ ਨੰਬਰ ਫੋਨ ਦਾ ਵਰਗੇ ਫੇਮਸ ਗੀਤ ਗਾਏ ਨੇ, ਅਤੇ ਉਹ ਵੀ ਸੁਪਰ ਡੁਪਰ ਹਿੱਟ ਗਏ ਨੇ। ਅਤੇ ਇਹ ਵੀ ਉਸਦਾ ਅਪਰੋਚ ਸੌਂਗ ਦੋਸਤੋ ਨੀਅਰ ਅਬਾਊਟ 1 ਮਿਲੀਅਨ ਕ੍ਰੋਸ ਕਰਨ ਵਾਲਾ ਹੈ। ਦੋਸਤੋ, ਗਾਣੇ ਦਾ ਨਾਮ ਇੱਕੋ ਜਿਹਾ ਹੋਣ ਕਰਕੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਦੋਸਤੋ ਇੱਦਾਂ ਲੱਗਦਾ ਹੈ ਕਿ ਜਿਵੇਂ ਡੈਨੀ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਰਿਪਲਾਈ ਕੀਤਾ ਹੈ, ਮਤਲਬ ਕਿ ਗਾਣੇ ਰਾਹੀਂ ਜਵਾਬ ਦਿੱਤਾ ਹੈ। ਜਦਕਿ ਦੋਸਤੋ, ਪੰਜਾਬੀ ਸਿੰਗਰ ਡੈਨੀ ਢਿੱਲੋਂ ਨੇ ਖੁਦ ਲਾਈਵ ਹੋ ਕੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸ ਨੇ ਸਿੱਧੂ ਮੂਸੇਵਾਲੇ ਨੂੰ ਕੋਈ ਜਵਾਬ ਨਹੀਂ ਦਿੱਤਾ, ਬਲਕਿ ਉਹ ਖੁਦ ਸਿੱਧੂ ਮੂਸੇਵਾਲੇ ਦਾ ਵੱਡਾ ਸਪੋਰਟਰ ਅਤੇ ਕੱਟੜ ਫੈਨ ਹੈ। ਅਤੇ ਦੋਸਤੋ, ਉਸ ਨੇ ਇਸ ਗਾਣੇ ਰਾਹੀਂ ਸਿੱਧੂ ਮੂਸੇਵਾਲਾ ਦੇ ਵਿਰੋਧੀਆਂ ਦੀ, ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਹੈ ਨਾਮ ਲੈਣ ਦੀ ਲੋੜ ਨਹੀਂ, ਉਹਨਾਂ ਦੀ ਦੋਸਤੋ ਮੰਜੀ ਠੋਕੀ ਹੈ। ਅਤੇ ਦੋਸਤੋ, ਹੋਰ ਕੀ ਕਿਹਾ ਡੈਨੀ ਢਿੱਲੋਂ ਨੇ ਆਪਣੇ ਲਾਈਵ ਦੌਰਾਨ, ਆਓ ਦੋਸਤੋ ਦੇਖਦੇ ਹਾਂ ਵੀਡੀਓ। ਸੋ ਸਿੱਧੂ ਮੂਸੇਵਾਲਾ ਨੂੰ ਅਤੇ ਡੈਨੀ ਢਿੱਲੋਂ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ, ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਡੈਨੀ ਢਿੱਲੋਂ, ਅਤੇ ਗਾਣਾ ਯਾਰ ਆਪਣਾ ਆਇਆ ਸੀਗਾ ਅਪਰੋਚ ਸਪੀਡ ਰੈਕਡ ਦੇ ਚੈਨਲ ਤੋਂ, ਅਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਕਿ ਆਪਾਂ 2 ਦਿਨਾਂ ਦੇ ਵਿੱਚ ਸਾਡਾ ਗਾਣਾ ਜਿਹੜਾ 750K ਜਿਹੜਾ ਕ੍ਰੋਸ ਕਰ ਗਿਆ, ਅਤੇ ਸਾਰਿਆਂ ਦਾ ਪਿਆਰ ਆ ਰਿਹਾ। ਪਰ ਯਾਰ ਬੜਾ ਦੁੱਖ ਲੱਗਾ ਕਿ ਇੱਕ ਚੀਜ਼ ਜਿਹੜੀ ਹੋ ਰਹੀ ਹੈ ਪਿਛਲੇ 2-3 ਦਿਨਾਂ ਤੋਂ, ਕਿ ਮੈਨੂੰ ਬੈਕ ਟੂ ਬੈਕ ਕੋਈ ਮੈਸੇਜਸ ਕਰ ਰਹੇ ਆ ਜਿਹੜੇ ਕਿ ਮੈਨੂੰ ਕਹਿਣਾ ਚਾਹੁੰਦੇ ਆ ਕਿ ਬਾਈ ਸਿੱਧੂ ਮੂਸੇਵਾਲੇ ਨੂੰ ਤੁਸੀਂ ਜਵਾਬ ਦਿੱਤਾ। ਉਹ ਬਾਈ ਜੀ, ਮੇਰੀ ਗੱਲ ਸੁਣੋ, ਮੈਂ ਤਾਂ ਹੈਗਾ ਸਿੱਧੂ ਦਾ ਸਪੋਰਟਰ, ਠੀਕ ਆ ਜੀ। ਜਿਹੜੇ ਮੈਨੂੰ ਬਾਰ ਬਾਰ ਮੈਸੇਜ ਕਰ ਰਹੇ ਆ, ਪਤਾ ਨਹੀਂ ਕਿਹੜੇ ਫੇਕ ਆਈਡੀਆ ਬਣਾ ਕੇ ਅਤੇ ਲਿਖ ਰਹੇ ਆ ਕਿ ਬਾਈ ਤੂੰ ਸਿੱਧੂ ਨੂੰ ਦਿੱਤਾ ਜਵਾਬ ਅਪਰੋਚ ਗਾਣਾ ਕੱਢ ਕੇ, ਬਾਈ ਮੇਰੀ ਗੱਲ ਸੁਣੋ, ਸਿੱਧੂ ਦਾ ਮੈਂ ਸਪੋਰਟਰ, ਅਤੇ ਜਿੰਨੇ ਵੀ ਉਹਦੇ ਉਹਨੂੰ ਕਰਦੇ ਆ ਨਾ ਹੇਟ, ਠੋਕਣਾ ਤਾਂ ਮੈਂ ਉਹਨਾਂ ਨੂੰ ਆ, ਉਹਨਾਂ ਵਾਸਤੇ ਗਾਣਾ ਕੀਤਾ। ਇਹ ਮੈਂ ਗਾਣਾ ਅਸਲ ਦੇ ਵਿੱਚ ਕੀਤਾ ਸੀਗਾ ਸਿੱਧੂ ਬਾਈ ਵਾਸਤੇ, ਠੀਕ ਆ ਬਾਈ। ਅਤੇ ਬਾਕੀ ਰਹੀ ਗੱਲ ਜਿਹੜੀ ਹੇਟਰ ਜਿਹੜੇ ਮੇਰੇ ਆ, ਜਿਹੜੇ ਮੇਰੇ ਹੇਟਰ ਹੈ ਨਾ ਕੈਨੇਡਾ ਬੈਠੇ, ਅਤੇ ਕੋਈ ਚੱਕਰ ਨਹੀਂ ਆ ਬਾਈ, ਤੁਸੀਂ ਜਿੰਨੇ ਮਰਜ਼ੀ ਡਿਸਲਾਈਕ ਪਵਾ ਦਿਓ, 1 ਮਿੰਟ ਦੇ ਵਿੱਚ ਵਿੱਚ ਨਾ ਮੇਰੇ 600 ਡਿਸਲਾਈਕ ਜਿਹੜੇ ਪਵਾਏ ਗਏ ਕੈਨੇਡਾ ਤੋਂ, ਮੈਂ ਸਾਰਾ ਪਤਾ ਕਰਾ ਲਿਆ ਬਾਈ। ਅਤੇ ਬਾਕੀ ਰਹੀ ਗੱਲ ਸਿੱਧੂ ਬਾਈ ਦੀ, ਸਿੱਧੂ ਬਾਈ ਨੂੰ ਸਾਨੂੰ ਫੁੱਲ ਸਪੋਰਟ ਆ ਬਾਈ, ਸਿੱਧੂ ਬਾਈ ਦੀ ਆਪਾਂ ਫੁੱਲ ਸਪੋਰਟ ਕਰਦੇ ਹਾਂ। ਅਤੇ ਰਹੀ ਗੱਲ ਉਹਦੇ ਹੇਟਰਾਂ ਦੀ, ਜਿਹੜੇ ਅੱਜ ਕੱਲ੍ਹ ਕੰਟਰੋਵਰਸੀਆਂ ਚੱਲ ਰਹੀਆਂ ਬਾਈ, ਕੋਈ ਚੱਕਰ ਨਹੀਂ ਆ, 1-1 ਨੂੰ ਦੇਖਣਾਗੇ ਬਾਈ, ਲੋਕਡਾਊਨ ਆ ਘਰਾਂ 'ਚ ਬੰਦ ਆ, ਕੋਈ ਚੱਕਰ ਨਹੀਂ ਆ। ਅਤੇ ਗਾਣਾ ਅਸੀਂ ਤਾਂ ਕੱਢਿਆ ਬਾਈ ਕਿ ਲੋਕਾਂ ਨੂੰ ਦਿਖਾਉਣ ਲਈ ਕਿ ਬਾਈ ਆਪਾਂ ਆਪਣੀ ਫੁੱਲ ਸਪੋਰਟ ਆ ਬਾਈ ਸਿੱਧੂ ਮੂਸੇਵਾਲੇ ਨੂੰ। ਅਤੇ ਇੱਦਾਂ ਦੀ ਕੋਈ ਗੱਲ ਨਹੀਂ, ਜਿੰਨੇ ਆ ਫੇਕਸਟਰ ਮੈਨੂੰ ਮੈਸੇਜ ਕਰ ਰਹੇ ਆ, ਜਾਂ ਪਤਾ ਨਹੀਂ ਕਿਹੜੀ ਕਿਹੜੀ ਆਈਡੀਆ ਤੋਂ ਮੈਨੂੰ ਮੈਸੇਜ ਆ ਰਹੇ ਆ, ਵੱਖਰੇ ਵੱਖਰੇ ਕਮੈਂਟ ਆ ਰਹੇ ਆ, ਉੱਥੇ ਆਪਣੀਆਂ ਫਾਈਟ ਚਲਾਈ ਹੋਈ ਆ, ਬਾਈ ਯਾਰ ਪਲੀਜ਼ ਗਾਣੇ ਨੂੰ ਗਾਣੇ ਦੇ ਤਰੀਕੇ ਲਾਹੋ, ਆਪਣੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈ। ਅਤੇ ਸਿੱਧੂ ਬਾਈ ਸਾਡੇ ਆਪਣੇ ਅਸੀਂ ਉਹਦੇ ਬੜੇ ਵੱਡੇ ਫੈਨ ਆ ਬਾਈ, ਬਾਈ ਦੇ ਗਾਣੇ ਆਪਾਂ ਪਿਛਲੇ 2-3 ਸਾਲ ਤੋਂ ਸੁਣ ਰਹੇ ਹਾਂ, ਕੰਟੀਨਿਊਸਲੀ ਗੱਡੀਆਂ 'ਚ ਵਜਾਉਂਦੇ ਹਾਂ, ਅਤੇ ਅਸੀਂ ਸਾਡੀ ਬਾਈ ਨੂੰ ਫੁੱਲ ਸਪੋਰਟ ਆ।